ਬੋਂਦਲੀ ਪਈ ਆਮ ਆਦਮੀ ਪਾਰਟੀ ਜੀ, ਲੋਕੀ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਵਿੱਚ ਆਣ ਤੇ ਇਹਨਾਂ ਤੋਂ ਹਿਸਾਬ ਮੰਗੀਏ। ਭਾਵੇਂ ਬੀਬੀਆਂ ਤਾਂ ਝਾੜੂ ਚੱਕੀ ਬੈਠੀਆਂ ਨੇ, ਜਿਹਨਾਂ ਹਜ਼ਾਰ ਹਜ਼ਾਰ ਰੁਪਏ ਦੇ ਇੰਤਜ਼ਾਰ 'ਚ 2 ਸਾਲ ਕੱਢ ਤੇ ਜਵਾਨੀ ਉਹਨਾਂ ਨੂੰ ਨਹੀਂ ਮਿਲੀ। ਕਿਸਾਨ ਵੀਰ ਬੈਠੇ ਹੋਏ ਨੇ ਕਿ ਸਾਡੇ ਕਰਜ਼ੇ ਦਾ ਮੁਆਵਜ਼ੇ ਤੇ ਮਰੀ ਹੋਈ ਮੁਰਗੀ ਦਾ ਵੀ ਕਹਿੰਦੇ ਸੀ, ਫਸਲਾਂ ਤੱਕ ਦਾ ਨਹੀਂ ਮਿਲਿਆ। ਉਸੇ ਤਰ੍ਹਾਂ ਨੌਜਵਾਨ ਬੈਠੇ ਹੋਏ ਨੇ ਜਿਹੜਾ ਇਹਨਾਂ ਨੂੰ, ਇਹਨਾਂ ਦੋਵਾਂ ਨੇ ਘਰ ਘਰ ਨੌਕਰੀ ਤੇ ਉਹ ਰੰਗਲਾ ਪੰਜਾਬ ਦੀ ਕੀ, ਲੇਕਿਨ ਨੌਕਰੀਆਂ ਜੇ 4 ਨਿਕਲਦੀਆਂ ਤੇ ਉਹ ਹਰਿਆਣੇ ਵਾਲੇ ਲੈ ਕੇ ਉਹ ਰਾਜਸਥਾਨ ਵਾਲੇ, ਸਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ। ਸੋ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਨੇ ਜਿੰਨਾ ਝੂਠ ਬੋਲਿਆ, ਉਸ ਝੂਠ ਦਾ ਹਿਸਾਬ ਲੈਣ ਵਾਸਤੇ ਲੋਕੀ ਤਿਆਰ ਬ ਤਿਆਰ ਬੈਠੇ ਨੇ। ਇੰਤਜ਼ਾਰ ਹੈ ਕਿ ਪਹੁੰਚੇ ਸਨ ਤਾਂ ਇਹਨਾਂ ਨੂੰ ਸਵਾਲ ਕਰਨ। ਸੋ ਹੁਣ ਇਹਦੇ ਕਰਕੇ ਇਹਨਾਂ ਨੂੰ ਇਹ ਬਹਾਨੇ ਕਦੇ ਬੱਚਿਆਂ ਦੇ ਉੱਤੇ, ਇਲੈਕਸ਼ਨ ਕਮਿਸ਼ਨ ਦਾ ਆਈ ਕੰਮ ਰਹਿ ਗਿਆ ਹੈਗਾ। ਆਪ ਦਾ ਕੀ ਕੁਛ ਕਰੀ ਜਾ ਰਹੇ, ਵੱਡੇ ਵੱਡੇ ਇਸ਼ਤਿਹਾਰ ਕੱਢ ਰਹੇ ਸਿਨੇਮਾ ਹਾਲ 'ਚ, ਬੈਨਰ 'ਚ, ਪੋਸਟਰ, ਦਰਬਾਰ ਸਾਹਿਬ ਦੇ ਸਕਰੀਨ ਲੱਗੀ ਸੀ ਕਿ ਉੱਥੇ ਲੋਕੀ ਗੁਰਬਾਣੀ ਸੁਣਨ, ਅਕਾਲੀ ਦਲ ਉਹ ਲਗਾ ਕੇ ਗਏ, ਉਹਦੇ ਵਿੱਚ ਵੀ ਆਪਣੇ ਇਸ਼ਤਿਹਾਰ ਚਲਾ ਰਹੇ ਨੇ। ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਜਦ ਕਰਦੇ ਹਾਂ ਕੰਪਲੇਂਟ ਤੇ ਇਹਨਾਂ ਦੇ ਲੋਕਲ ਇਲੈਕਸ਼ਨ ਕਮਿਸ਼ਨ ਨੂੰ, ਉਹਦੇ ਵਿੱਚ ਤਾਂ ਕੁਛ ਨਹੀਂ ਨਜ਼ਰ ਆਉਂਦਾ। ਬੱਚਿਆਂ ਦੇ ਨਾਰੇ ਵਿੱਚ ਇਹਨਾਂ ਨੂੰ ਕੋਈ ਸ਼ਿਕਾਇਤ ਕਰਨ ਵਾਲੀ ਚੀਜ਼, ਲੋਕਾਂ ਦਾ ਟਾਈਮ ਵੇਸਟ ਕਰਦੇ ਨੇ। ਇਹ ਇਹਨਾਂ ਦੀ ਛੋਟੀ ਸੋਚ ਹੈ ਤੇ ਬੁਖਲਾਏ ਹੋਏ ਨੇ ਦੋਨੋਂ ਪਾਰਟੀਆਂ। ਤੁਸੀਂ ਸਿਨੇਮਾ ਦੀ ਗੱਲ ਕੀਤੀ, ਸਿਨੇਮੇ 'ਚ ਪਿਛਲੇ 20 ਦਿਨ ਤੋਂ ਲਗਾਤਾਰ ਜਿਹੜੀ ਐਡ ਚੱਲ ਰਹੀ ਸੀ, ਮਾਨਿਕ ਗੋਇਲ ਮਾਨਸਾ ਦੀ ਆਰਟੀ ਐਕਟਿਵਿਸਟ ਨੇ, ਉਹਨਾਂ ਨੇ ਕੰਪਲੇਂਟ ਕੀਤੀ ਸੀ, ਸਿਰਫ ਸਿਨੇਮਾ ਮਾਲਕ ਤੇ ਪਰਚਾ ਦਿੱਤਾ, ਉਹਨੂੰ ਕਿਵੇਂ ਦੇਖਦੇ ਹੋ? ਉਹੀ ਤਾਂ ਮੈਂ ਕਹਿ ਰਹੀ ਹਾਂ ਨਾ ਕਿ ਜਿੱਥੇ ਇਹ ਸਾਰਾ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈਗਾ, ਇਹ ਦੇਖਣ ਨੂੰ ਮਿਲ ਰਿਹਾ ਹੈ ਇਸ ਆਮ ਆਦਮੀ ਦੇ। ਅੱਜ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ, ਇੱਕ ਭ੍ਰਿਸ਼ਟ ਕੇਜਰੀਵਾਲ ਦੇ ਹੱਕ 'ਚ ਜਾ ਕੇ ਧਰਨਾ ਮਾਰਨਾ, ਉਹ ਵੀ ਖੱਟਰ ਕਲਾਂ ਦੀ ਪਾਵਨ ਜ਼ਮੀਨ 'ਚ ਜਿੱਥੇ ਸ਼ਹੀਦਾਂ ਨੇ ਆਪਦੀ ਜਾਨ ਕੁਰਬਾਨ ਕਰਤੀ ਸੀ, ਉਹਨਾਂ ਦੀ ਕਿਹੋ ਜਿਹੀ ਰੂਹ ਕੰਬਦੀ ਹੋ ਗਈ ਕਿ ਭ੍ਰਿਸ਼ਟਾਚਾਰ ਦੇ ਹੱਕ 'ਚ ਅੱਜ ਧਰਨੇ ਲੱਗ ਰਹੇ ਨੇ। ਤੇ ਹੁਣ ਪੰਜਾਬ ਛੱਡ ਕੇ ਜਿਸ ਤੇ ਪੰਜਾਬ ਬੇਹਾਲ ਹੈਗਾ, ਜਾ ਕੇ ਦੂਜੇ ਸਭ ਸੂਬਿਆਂ 'ਚ ਸਟਾਰ ਕੰਪੇਨਰ ਬਣਿਆ, ਉਹ ਉਹਦੀ ਗੱਲਾਂ ਦੀ ਕਲਾ, ਜਿਹੜਾ ਝੂਠ ਇੱਥੇ ਮਾਰਿਆ, ਉਹ ਹੁਣ ਦੋਨੋਂ ਕਾਂਗਰਸ ਨਾਲ ਰਲ ਮਿਲ ਕੇ, ਇੱਥੇ ਤਾਂ ਹਜ਼ਾਰ ਹਜ਼ਾਰ ਬੀਬੀਆਂ ਨੂੰ ਮਿਲੇ ਨਹੀਂ, ਇਹਨਾਂ ਦੀ ਭਾਈਵਾਲ ਕਾਂਗਰਸ ਪਾਰਟੀ ਦੇਸ਼ ਭਰ 'ਚ ਕਹਿ ਰਹੇ ਕਿ ਹੁਣ ਬੀਬੀਆਂ ਦੇ ਖਾਤੇ 'ਤੇ 1 ਲੱਖ ਰੁਪਇਆ ਭੇਜਣਗੇ। ਮੈਂ ਕਿਹਾ ਪੰਜਾਬ ਦਾ ਹਾਲ ਦੇਖ ਲਓ, ਜੇ 1000 ਮਿਲਿਆ ਨਹੀਂ, ਹੁਣ ਲੱਖ ਦੇ ਸੁਪਨੇ। ਸੋ ਇਹਨਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਮੂਰਖ ਬਣਾਉਂਦੇ, ਇਹਨਾਂ ਦੀ ਰਾਜਨੀਤੀ ਹੈ। ਵੀ ਬਾਈ, ਪਹਿਲਾਂ ਜਲੰਧਰ ਵਿੱਚ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਕਾਂਗਰਸ 'ਚੋਂ ਕੱਢ ਕੇ ਆਮ ਆਦਮੀ ਪਾਰਟੀ 'ਚ ਲਿਆਂਦਾ, ਉਹਨੂੰ ਟਿਕਟ ਦੇਤੀ, ਉਹ ਬੀਜੇਪੀ ਚਲਾ ਗਿਆ, ਹਜੇ ਟਿਕਟ ਵਾਪਸ ਨਹੀਂ ਲਈ। ਹੁਣ ਕਾਂਗਰਸ ਦੇ ਹੀ ਵਿਕਰਮ ਚੌਧਰੀ ਦੇ ਡੋਰੇ ਪਾਏ ਜਾ ਰਹੇ ਆਮ ਆਦਮੀ ਪਾਰਟੀ ਦੇ, ਕਿਵੇਂ ਦੇਖਦੇ ਹੋ ਵੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਲਿਆ ਜਾਂਦਾ ਹੈ? ਦੂਜੇ ਪਾਸੇ ਖੁੰਡੀਆ ਸਾਹਿਬ ਬਠਿੰਡਾ 'ਚ ਬਿਆਨ ਦਿੰਦੇ ਨੇ ਵੀ ਅਕਾਲੀ ਦਲ ਦੇ ਕਾਂਗਰਸ ਵੀ ਮੇਰੇ ਖਿਲਾਫ ਬਠਿੰਡਾ ਸੀਟ ਤੋਂ ਲੜ ਰਹੇ ਆ, ਕਿਵੇਂ ਦੇਖਦੇ? ਨਹੀਂ ਨਹੀਂ, ਇਹ ਕਿਸੇ ਨੂੰ ਦੂਜੀ ਪਾਰਟੀ ਤੋਂ ਕੋਈ ਇੱਧਰ ਉੱਧਰ ਜਾ ਨਹੀਂ ਰਿਹਾ, ਤਿੰਨੋਂ ਪਾਰਟੀਆਂ ਰਲੀਆਂ ਹੋਈਆਂ ਨੇ। ਅੱਜ ਬੀਜੇਪੀ ਮੇਨ ਕਾਂਗਰਸ ਪਾਰਟੀ ਬਣੀ ਹੈ, ਕਿਉਂਕਿ ਸਾਰੇ ਸੀਨੀਅਰ ਤੋਂ ਕਾਂਗਰਸ ਵਿੱਚ, ਬੀਜੇਪੀ ਦੇ ਕੋਲ ਟਕਸਾਲੀ ਬੀਜੇਪੀ ਕਿਹਨੂੰ ਖੜਾ ਕੀਤਾ? ਸਾਰੇ ਕਾਂਗਰਸ ਤੋਂ ਲੈ ਕੇ MPs ਉਹਨਾਂ ਨੇ ਖੜੇ ਕੀਤੇ ਨੇ, ਕਾਂਗਰਸ ਦੇ MPs ਖੜੇ ਕੀਤੇ ਨੇ, ਐਕਸ ਕਾਂਗਰਸੀ ਜਿਹੜਾ ਆਪ 'ਚ ਗਿਆ ਸੀ ਉਹਨੂੰ ਖੜਾ ਕੀਤਾ ਹੈਗਾ। ਸੋ ਇਹ ਸਾਰੇ ਇੱਕ ਦੂਜੇ ਦੀ ਮਦਦ ਕਰੇ। ਭਾਜਪਾ ਦੇ ਕੋਲ ਜੇ ਕੈਂਡੀਡੇਟਸ ਤਕੜੇ ਨਹੀਂ ਮਿਲ ਰਹੇ ਅਕਾਲੀ ਦਲ ਦੇ ਖਿਲਾਫ਼, ਤੇ ਕਾਂਗਰਸ ਉਹਨਾਂ ਦੀ ਮਦਦ ਕਰੀ, ਆਮ ਆਦਮੀ ਮਦਦ ਕਰੀ। ਜੇ ਆਮ ਆਦਮੀ ਕੋਲ ਨਹੀਂ ਮਿਲਦਾ ਤੇ ਕਾਂਗਰਸ ਭੇਜ ਦਿੰਦੀ ਹੈ, ਇਹਨਾਂ ਦੇ ਕੋਲ ਨਹੀਂ ਤਾਂ ਇਹ ਭੇਜ ਦਿੰਦੇ। ਸੋ ਸਾਰੇ ਇਕੱਠੇ ਰਲ ਮਿਲ ਕੇ ਦਿੱਲੀ ਦੀ ਪਾਰਟੀਆਂ, ਇਹਨਾਂ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਜਿਵੇਂ ਕਿਵੇਂ ਅਕਾਲੀ ਦਲ ਨੂੰ ਆਪਾਂ ਹਰਾਈਏ, ਬਾਕੀ ਕੁਰਸੀ ਥਾਈਂ ਪਹੁੰਚਣ ਵਾਸਤੇ ਝੂਠ ਮਾਰ ਲਈਏ, ਅਕਾਲੀ ਦਲ ਭੰਡੀ ਪ੍ਰਚਾਰ ਕਰ ਲਈਏ, ਇੱਕ ਦੂਜੇ ਦੇ ਨਾਲ ਖੜ ਜਾਈਏ। ਏਜੰਡਾ ਇਹਨਾਂ ਦਾ ਸੇਮ ਹੈ, ਅਕਾਲੀ ਦਲ ਨੂੰ ਹਰਾਉਣਾ ਹੈ। ਤੇ ਪੰਜਾਬ ਦੇ ਲੋਕਾਂ ਨੇ ਹੁਣ ਫੈਸਲਾ ਕਰ ਲਿਆ ਕਿ ਪੰਜਾਬ ਨੂੰ ਜਿਤਾਉਣਾ ਹੈ। ਪੰਜਾਬ ਤਾਂ ਜਿੱਤਦਾ ਜੀ ਪੰਜਾਬ ਦੀ ਖੇਤਰੀ ਪਾਰਟੀ ਜਿੱਤਦੀ ਹੈ। ਇਹ ਦਿੱਲੀ ਦੀ ਕਠਪੁਤਲੀ ਨੇ ਤਾਂ ਪੰਜਾਬ ਨੇ ਲੋਕਾਂ ਨੇ ਲੈਣਾ ਕੀ ਹੈ? ਜਿਹੜਾ ਰਾਹੁਲ ਗਾਂਧੀ, ਕੇਜਰੀਵਾਲ ਤੇ ਮੋਦੀ ਦੀ ਹਰੀ ਝੰਡੀ ਤੋਂ ਬਿਨਾਂ ਪੰਜਾਬ ਦਾ ਨਾਂ ਤੱਕ ਨਹੀਂ ਪਾਰਲੀਮੈਂਟ 'ਚ ਲੈ ਸਕਦੇ, ਇਹੋ ਜਿਹੀ ਪਾਰਟੀਆਂ ਦਾ ਆਪਾਂ ਪੰਜਾਬੀਆਂ ਨੇ ਕਰਨਾ ਕੀ? ਸੁਖਬੀਰ ਜੀ ਦੀ ਤਬੀਅਤ ਖਰਾਬ ਹੋਈ ਹੈ ਅੱਜ, ਕਿਵੇਂ ਆ ਪੰਜਾਬ ਵਿੱਚ ਯਾਤਰਾ ਤੇ ਨਿਕਲੇ? ਨਹੀਂ ਨਹੀਂ, ਮੇਰਾ ਖਿਆਲ ਉਹ ਯਾਤਰਾ ਦੇ ਦੌਰਾਨ ਕੁਛ ਖਾ ਪੀ ਲਿਆ, ਲੋਕੀ ਕੁਛ ਨਾ ਕੁਛ ਦਿੰਦੇ ਰਹਿੰਦੇ ਨੇ, ਖਾ ਪੀ ਲਿਆ ਹੋਣਾ, ਥੋੜਾ ਉਹਨਾਂ ਦੇ ਪੇਟ 'ਚ
ਪੇਟ ਖਰਾਬ ਹੋ ਗਿਆ ਸੀ, ਬਿਲਕੁਲ ਸਹੀ ਹੈ, ਕੱਲ੍ਹ ਤੋਂ ਯਾਤਰਾ ਜਾਰੀ ਕਰ ਲਵਾਂਗੇ।